ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਦਸਮ ਗੁਰੂ ਅਵਤਾਰਨ ਆਪ ਜੀ ਨੂੰ ਪੜ ਕੇ ਸਰਵਣ ਕਰਾ ਰਹੇ ਸੀ ਇਸ ਲਿਖਤ ਵਿੱਚ ਪਹਿਲਾਂ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਫਰਾਂ ਦਾ ਜ਼ਿਕਰ ਹੈ ਕਿ ਆਪ ਜੀ ਕਿਹੜੇ ਕਿਹੜੇ ਪਿੰਡ ਗਏ ਕਿੱਥੇ ਕਿੱਥੇ ਗਏ ਕਿੱਥੇ ਕਿੱਥੇ ਆਪ ਜੀ ਦੇ ਯਾਦ ਵਿੱਚ ਗੁਰਦੁਆਰੇ ਸਥਾਪਨ ਹਨ ਤੇ ਉੱਥੇ ਕੀ ਕੀ ਕੌਤਕ ਵਰਤੇ ਉਹਨਾਂ ਦਾ ਵਰਣਨ ਹੈ ਦੇ ਅੰਤ ਵਿੱਚ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਦਾ ਜ਼ਿਕਰ ਹੈ ਆਵ ਇਸ ਦਾ ਅਗਲਾ ਹਿੱਸਾ ਸ਼ਰਵਣ ਕਰਨ ਦੀ ਕੋਸ਼ਿਸ਼ ਕਰਿਏ ਜੀ ਮੋੜ ਇਥੋਂ ਟੁਰ ਕੇ ਆਪ ਉਥੇ ਆਏ ਜਿੱਥੇ ਮੋੜ ਨਾਮੇ ਗਰਾਹ ਹੈ ਜਦੋਂ ਸਤਗੁਰਾਂ ਢੇਲਵੀ ਤਰੇ ਮਹੀਨੇ ਠਹਿਰੇ ਸਨ ਤਾਂ ਨੇੜੇ ਤੇੜੇ ਕਈ ਪਿੰਡਾਂ ਵਿੱਚ ਦੌਰਾ ਕਰਾਉਂਦੇ ਸਨ ਤਦੋਂ ਆਪ ੱਪੇ ਜੋ ਹੁਣ ਰੇਲ ਦਾ ਸਟੇਸ਼ਨ ਹੈ ਤੋਂ 4 ਕੁ ਮੀਲ ਪੁਰਬੋਤਰ ਰੁਖ ਨੂੰ ਜੋ ਮੋੜ ਪਿੰਡ ਸਦੀਂਦਾ ਹੈ ਗਏ ਸੰ ਲੋਕਪ੍ਰੇਮੀ ਸੰ ਨਾਮ ਪ੍ਰਚਾਰ ਹੋਇਆ ਤਦੋਂ ਦਾ ਬਖਸ਼ਿਆ ਇੱਕ ਗੁਰੂ ਜੀ ਦਾ ਚੇਲਾ ਇਸ ਪਿੰਡ ਵਿੱਚ ਹੈ ਗੁਰਦੁਆਰਾ ਵੀ ਹੈ ਜਿਸ ਪਿੰਡ ਹੁਣ ਆਏ ਹਨ ਇਹ ਮੋੜ ਵੱਡੇ ਸਦੀਂਦਾ ਹੈ ਇੱਥੇ ਵੀ ਸੋਨਾ ਗੁਰਦੁਆਰਾ ਹੈ ਨੌਵੇਂ ਗੁਰੂ ਜੀ ਦਾ ਇੱਥੇ ਇੱਕ ਵਾੜਾ ਸੀ ਬੰਦ ਕੀਤਾ ਹੋਇਆ ਵਿੱਚ ਪੁਰਾਣਾ ਜਨ ਸੀ ਗੁਰੂ ਜੀ ਨੇ ਇਹ ਥਾਂ ਪਸੰਦ ਕੀਤਾ ਪਹਿਚਾਨਿਆ ਕਿ ਅਸਾਂ ਇੱਥਾਂ ਬੰਦ ਕੀਤਾ ਹੈ ਜੋ ਰਾਤ ਇੱਥੇ ਰਹੇ ਮਰ ਜਾਂਦਾ ਹੈ ਕਈ ਮੁਸਲਮਾਨ ਫਕੀਰ ਤੇ ਹਿੰਦੂ ਸਾਧੂ ਇੱਥੇ ਰਹਿ ਕੇ ਮਰ ਚੁੱਕੇ ਹਨ ਸਤਗੁਰੂ ਆ ਪੁੱਛਿਆ ਕਾਰਨ ਵੀ ਕੁਝ ਪਤਾ ਹੈ ਪਹਿਚਾਨਿਆ ਕਿ ਇੱਥੇ ਕੋਈ ਦੇਵ ਰਹਿੰਦਾ ਹੈ ਗੁਰੂ ਜੀ ਹਾਸੇ ਆਖਣ ਲੱਗੇ ਇਹ ਉਥਾਂ ਠੀਕ ਹੈ ਦੇਵਾਂ ਅਦੇਵਾਂ ਤੋਂ ਡਰਨਾ ਨਹੀਂ ਸੋਦਣਾ ਹੈ ਸੋ ਰਾਤ ਡੇਰਾ ਉੱਥੇ ਕੀਤਾ ਪਿੰਡ ਦੇ ਲੋਕ ਤੜਕਸਾਰੀ ਦੇਖਣ ਆਏ ਕਿ ਰਾਜ ਨੂੰ ਨਵੇਂ ਸੰਤ ਮਹਾਤਮਾ ਆਏ ਤੇ ਇੱਥੇ ਉਤਰੇ ਸਨ ਉਹਨਾਂ ਦਾ ਕੀ ਹਾਲ ਹੈ ਪਰ ਉਥੇ ਆਸਾਂ ਦੀ ਵਾਰ ਲੱਗ ਰਹੀ ਸੀ ਦੀਵਾਨ ਸਜਰੇ ਅਸੀ ਸਭ ਹੈਰਾਨ ਰਹਿ ਗਏ ਦੋ ਇੱਕ ਦਿਨ ਇਸੇ ਥਾਂ ਠਹਿਰ ਕੇ ਕੋਕੋਪੁਰ ਗੁਰੂ ਜੀ ਜਾ ਬੈਠੇ ਇੱਥੇ ਇੱਕ ਮਹੀਨਾ 10 ਦਿਨ ਰਹਿ ਇੱਕ ਪੁਰਾਣੇ ਤਾਲ ਦੀ ਕਾਰ ਕਢਵਾਈ ਤੇ ਲੋਕਾਂ ਦੇ ਵਰਤਨ ਜੋ ਕਰ ਦਿੱਤਾ ਸ੍ਰੀ ਗੁਰੂ ਜੀ ਨੇ ਇੱਥੇ ਦੇ ਟਿਕਾਉ ਵਿੱਚ ਇੱਕ ਗੁਰਪੁਰਬ ਵੀ ਮਨਾਇਆ ਦੂਰ ਦੂਰ ਤੋਂ ਸੰਗਤਾਂ ਆਈਆਂ ਤੇ ਸਤਨਾਮ ਦਾ ਪ੍ਰਚਾਰ ਹੁੰਦਾ ਰਿਹਾ ਹੁਣ ਸ੍ਰੀ ਸਤਗੁਰੂ ਜੀ ਵਿਚਰਦੇ ਵਿਚਰਦੇ ਤਲਵੰਡੀ ਸਾਬੂ ਕੀ ਆਏ 9 ਦਿਨ ਟਿਕੇ ਇੱਕ ਦਿਨ ਸ਼ਿਕਾਰ ਚੜ੍ਹੇ ਬਠਿੰਡੇ ਵੀ ਹੋਇਆ ਇਸ ਥਾਂ ਨੂੰ ਹੁਣ ਦਮਦਮਾ ਸਾਹਿਬ ਆਖਦੇ ਹਨ ਦਸਵੇਂ ਪਾਤਸ਼ਾਹ ਦਾ ਦਰਬਾਰ ਹੈ ਨੌਵੇਂ ਗੁਰਾਂ ਦੇ ਟਿਕਣ ਦਾ ਨਿਸ਼ਾਨ ਦਰਬਾਰ ਦੇ ਸਾਹਮਣੇ ਹੈ ਤਲਵੰਡੀ ਤੋਂ ਟੁਰ ਕੇ ਧਰਮ ਦੇ ਕੋਟ ਆਏ ਇਸ ਪਿੰਡ ਦੇ ਬਾਹਰ ਨੇੜੇ ਹੀ ਗੁਰਦੁਆਰਾ ਹੈ ਇੱਥੇ ਕੋਈ ਚੋਰ ਘੋੜਾ ਚੁਰਾ ਕੇ ਲੈ ਗਿਆ ਸੀ ਪਰ ਮਗਰੋਂ ਇਸ ਪਾਪ ਪਰ ਪਛਤਾਤਾਪ ਕਰਦਾ ਹੋਇਆ ਆਪੇ ਇੱਕ ਸੁੱਕੇ ਬਰਖ ਦੇ ਤ੍ਰਿਖੇ ਡਾਹਣ ਨਾਲ ਸੂਲ ਚੜ ਕੇ ਮਰ ਗਿਆ ਇਸ ਕਰਕੇ ਨਾਮ ਸੂਲੀ ਸਰ ਹੋਇਆ ਕਥਾ ਕਈ ਤਰ੍ਹਾਂ ਦਸੀਦੀ ਹੈ ਜਾਬ ਦਾ ਇਹ ਹੈ ਕਿ ਫੜੇ ਗਏ ਨੂੰ ਦਿਆਲ ਗੁਰੂ ਜੀ ਨੇ ਛੱਡ ਦਿੱਤਾ ਇਸ ਮਿਹਰ ਪਰ ਆਪਣੀ ਸ਼ਰਮ ਵਿੱਚ ਪਛਤਾਉਂਦਾ ਚੋਰ ਆਪੇ ਮਰ ਗਿਆ ਇਥੋਂ ਟੁਰ ਕੇ ਬਰੇ ਪਿੰਡ ਚੁਮਾਸਾ ਆ ਠਹਿਰੇ ਇੱਥੇ ਵੀ ਗੁਰਦੁਆਰਾ ਆਪ ਜੀ ਦਾ ਹੈ ਲਿਖਿਆ ਹੈ ਕਿ ਬਰਿਆਂ ਨੂੰ ਅਜੀਤ ਆਉਣ ਦਾ ਵਰ ਦੇ ਕੇ ਆਪ ਅੱਗੇ ਟੁਰੇ ਤੇ ਬਛੁਆਣੇ ਆ ਠਹਿਰੇ ਇੱਥੇ ਵੀ ਪਿੰਡ ਦੇ ਵਿੱਚ ਗੁਰਦੁਆਰਾ ਨਿਸ਼ਾਨ ਕਾਇਮ ਹੈ ਇਹ ਪਿੰਡ ਬੁੱਢਲਾਡਾ ਸਟੇਸ਼ਨ ਤੋਂ ਤ੍ਰੈ ਕੋ ਕੋਤੇ ਹੈ ਇੱਥੇ ਕੁਝ ਦਿਨ ਰਹੇ ਸਿੱਖੀ ਬਿਥਾਰੀ ਪ੍ਰੇਮ ਭਾਵ ਅਧਿਕ ਸੀ ਹੁਣ ਬਾਂਗਰ ਦੇਸ਼ ਆਏ ਗੋਬਿੰਦਪੁਰੇ ਹੁੰਦੇ ਸਲੋਣੀ ਗਾਗੇ ਗੁਰੂਣੀ ਤ੍ਰੇਂ ਥਾਂਏ ਗੁਰਦੁਆਰੇ ਹਨ ਮੂਣਕ ਇੱਥੇ ਮੰਜੀ ਸਾਹਿਬ ਨਿਸ਼ਾਨ ਹੈ ਲੇਲ ਮਕਰੋਲ ਠਹਿਰਦੇ ਹੋਏ ਤਮਤਾਣਾ ਉਤਰੇ ਤਮਤਾਨ ਇੱਥੇ ਗੁਰੂ ਜੀ ਕੁਛ ਕਾਲ ਟਿੱਕੇ ਧਗੇ ਚੌਧਰੀ ਨੇ ਸੇਵਾ ਕੀਤੀ ਉਸ ਨੂੰ ਇੱਕ ਬਾਣ ਸੀ ਕਿ ਚੋਰੀ ਦੀਆਂ ਮਈਆਂ ਲੈ ਲੈਂਦਾ ਸੀ ਸ੍ਰੀ ਗੁਰੂ ਜੀ ਨੇ ਇਹ ਪਾਪ ਉਸ ਤੋਂ ਛੁਡਾਇਆ ਇਥੇ ਪੋਠੋਹਾਰ ਲੰਮਾ ਨਕਾ ਧੜਪ ਤੇ ਹੋਰ ਥਾਵਾਂ ਦੀਆਂ ਸੰਗਤਾਂ ਆ ਮਿਲੀਆਂ ਦੀਪਮਾਲਾ ਦਾ ਸਮਾਗਮ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਲਿਖਿਆ ਹੈ ਕਿ ਗੁਰੂ ਜੀ ਨੇ ਇਥੇ ਕੀਤਾ ਇੱਕ ਸੇਵਕ ਗੁਰੂ ਜੀ ਦਾ ਜੋ ਗੁਰੂ ਤੇ ਸੰਗਤ ਦੀ ਅਧਿਕ ਸੇਵਾ ਕਰਦਾ ਸੀ ਲੰਗਰ ਦਾ ਜਲ ਸੰਗਤ ਦੇ ਇਸ਼ਨਾਨ ਲਈ ਜਲ ਛਿੜਕਾਉ ਲਈ ਜਲ ਅਥਕ ਹੋ ਕੇ ਪਰਦਾ ਤੇ ਖਿੜੇ ਮੱਥੇ ਦੇਂਦਾ ਸੀ ਇਸ ਦੀ ਸੇਵਾ ਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਇੱਕ ਨਗਾਰਾ ਇੱਕ ਝੰਡਾ ਤੇ ਲੋਹਾ ਆਦਿ ਦੇ ਕੇ ਗੁਰਸਿੱਖੀ ਦੇ ਪ੍ਰਚਾਰ ਲਈ ਆਗਿਆ ਕੀਤੀ ਮਗਰੋਂ ਦਸਵੇਂ ਪਾਤਸ਼ਾਹ ਜੀ ਦੀ ਖੁਸ਼ੀ ਵੀ ਇਸ ਪਰ ਹੋਈ ਸੀ ਇਸ ਸੱਜਣ ਦੀ ਇੱਕ ਉਦਾਸੀ ਸੰਪਰਦਾ ਤੁਰੀ ਨਾਮ ਇਸ ਦਾ ਮੀਹਾਂ ਸੀ ਸਾਖੀ ਪੋਥੀ ਵਾਲੇ ਨੇ ਇਹ ਪ੍ਰਸੰਗ ਭਾਈ ਫੇਰੂ ਦੇ ਨਾਮ ਨਾਲ ਇੱਥੇ ਹੋਇਆ ਦੱਸਿਆ ਹੈ ਜੋ ਪਾਈ ਮੀਆਂ ਨਾਲ ਹੋਇਆ ਸੀ ਸੰਪਰਦਾ ਦਾ ਨਾਮ ਮੀਹੋ ਸ਼ਾਹੀ ਸੀ ਇਸ ਸੰਪਰਦਾ ਦੇ ਉਪਦੇਸ਼ੀ ਪੂਰਬ ਵਿਜ ਮੁਰਾਦਾਬਾਦ ਲਖਨਊ ਬਾਰਾ ਬੰਕੀ ਨਵਾਬਗਾਂਝਾ ਦੀ ਥਾਂ ਈ ਸੁਣਿੰਦੇ ਹਨ ਤਮਤਾਨ ਪਿੰਡ ਗੁਰੂ ਦਾ ਅਸਥਾਨ ਹੈ ਲੰਗਰ ਚੱਲਦਾ ਹੈ ਤੇ ਬਹੁਤ ਸੇਵਾ ਹੁੰਦੀ ਹੈ ਇੱਥੋਂ ਨਾਮ ਬਾਣੀ ਦਾ ਪ੍ਰਚਾਰ ਬਹੁਤ ਹੋਇਆ ਇਸ ਸਮੇ ਇੱਥੋਂ ਦੇ ਉਪਕਾਰੀ ਮਹਨ ਸਾਹਿਬ ਜੀ ਪਾਸ ਡੇਰੇ ਵਿੱਚ ਗਿਆਨੀ ਸਾਹਿਬ ਸਿੰਘ ਜੀ ਨਾਮੇ ਬੜੇ ਸੱਜਣ ਤੇ ਵਿਦਵਾਨਪੁਰ ਹੋਏ ਹਨ ਜਿਨ੍ਹਾਂ ਨੇ ਪਰਬਲ ਯੁਕਤੀਆਂ ਨਾਲ ਰਾਗਮਾਲਾ ਦੇ ਵਿਰੋਧੀਆਂ ਦੇ ਖੰਡਨ ਦੇ ਦੋ ਤਰ੍ਹਾਂ ਪੁਸਤਕ ਲਿਖੇ ਹਨ ਗੁਰੂ ਜੀ ਨੇ ਦੱਗੇ ਨੂੰ 101 ਮੋਹਰ ਸੌਂਪੀ ਕੇ ਇੱਥੇ ਪਰਜਾ ਦੇ ਸੁੱਖ ਲਈ ਖੂਹ ਤੇ ਧਰਮਸ਼ਾਲਾ ਆਦੀ ਬਣਾ ਦੇਵੇ ਪਰ ਮਾਇਆ ਪਰਬਲ ਹੈ ਦੱਗੇ ਨੇ ਖੂਹ ਆਪਣੀ ਜ਼ਮੀਨ ਵਿੱਚ ਬਣਾਇਆ ਜੋ ਮੈਨੂੰ ਹੀ ਲਾਭ ਪਹੁੰਚੇ ਪਰ ਵੇਖੋ ਉਹ ਵਿੰਗਾ ਹੋਇਆ ਹੁਣ ਤੱਕ ਦੱਸ ਰਿਹਾ ਹੈ ਕਿ ਲੋਭ ਬੁਰੀ ਬਲਾ ਹੈ ਖਟਕੜ ਜਿੰਦ ਟੇਕ ਖਨੌਰ ਬਹਿਰਜਖ ਇਥੋਂ ਟੁਰ ਕੇ ਖਟਕੜ ਆਏ ਇਥੋਂ ਦੇ ਜੱਟ ਰਾਤ ਨੂੰ ਘੋੜੇ ਚੁਰਾਉਣ ਆਏ ਪਰ ਦਿਸਣੋ ਰਹਿ ਗਿਆ ਇਹ ਸ਼ਕਤੀ ਦੇਖ ਕੇ ਉਹਨਾਂ ਨੇ ਅਗਲੇ ਦਿਨ ਭੂਲ ਬਖਸ਼ਾਈ ਦਿਆਲ ਮੂਰਤੀ ਨੇ ਕਿਹਾ ਚੋਰੀ ਧਾੜਾ ਮੰਦ ਕਰਮ ਨਾ ਕਰਿਆ ਕਰੋ ਉਸ ਨੇ ਕਿਹਾ ਪਾਸ਼ਾ ਜੋ ਹੁਕਮ ਹੈ ਪਾਲਾਂਗੇ ਅਜ ਤੋਂ ਸਭ ਕਰਮ ਤਿਆਗੇ ਸਤਗੁਰਾਂ ਨੇ ਕਿਹਾ ਹੁਣ ਮੰਗੋ ਜੋ ਭੋਖ ਹੋਵੇ ਉਹਨਾਂ ਕਿਹਾ ਪਿੰਡ ਦਾ ਪਾਣੀ ਖਾਰਾ ਹੈ ਮਿੱਠਾ ਕਰ ਦਿਓ ਉਸ ਵੇਲੇ ਗੁਰੂ ਜੀ ਨੇ ਤੀਰ ਚਲਾਇਆ ਜਿੱਥੇ ਜਾ ਕੇ ਡਿੱਗਾ ਹੁਕਮ ਹੋਇਆ ਇੱਥੋਂ ਤੱਕ ਖੂਹ ਖੋਦੋਗੇ ਜਲ ਮਿੱਠਾ ਨਿਕਲੇਗਾ ਜੋ ਖੂਹ ਤਦੋਂ ਗੁਰੂ ਜੀ ਦੀ ਆਗਿਆ ਤੇ ਉਹਨਾਂ ਨੇ ਉਹਨਾਂ ਦੇ ਬਖਸ਼ੇ ਧੰਨ ਤੋਂ ਲਵਾਇਆ ਸੀ ਉਸ ਦਾ ਪਾਣੀ ਮਿੱਠਾ ਨਿਕਲਿਆ ਚੋਰੀ ਦੇ ਬਦਲੇ ਖੂਹ ਤੇ ਮਿੱਠਾ ਜਲ ਦੇ ਕਿ ਉਹਨਾਂ ਦੇ ਆਚਰਣ ਸਵਾਰ ਦੇ ਖਟਕੜ ਵੀ ਗੁਰਦੁਆਰਾ ਹੈ ਇਥੋਂ ਟੁਰ ਕੇ ਕੁਝ ਦਿਨ ਜੀਨ ਦਾ ਠਹਿਰੇ ਇਥੇ ਵੀ ਗੁਰੂ ਕਾ ਗੁਰਦੁਆਰਾ ਹੈ ਇਥੇ ਸਤਨਾਮ ਦਾ ਪ੍ਰਚਾਰ ਕਰਕੇ ਹਣ ਕੁਰ ਖੇਤਰ ਦਾ ਰੁਖ ਲੈ ਕੇ ਮੁੜੇ ਜੀਨ ਤੋਂ ਕੁਰ ਖੇਤਰ ਉੱਤਰ ਰੁਖ ਨੂੰ ਹੈ ਜੀਨ ਤੋਂ ਟੁਰ ਕੇ ਖਨੋਰੀ ਤੇ ਟੇਕਪਿੰਡ ਠਹਿਰਨਾ ਲਿਖਿਆ ਹੈ ਇਥੇ ਇੱਕ ਤਿਲੋਕ ਦਾਸ ਨਾਮੇ ਬੈਰਾਗੀ ਰਹਿੰਦਾ ਸੀ ਤਵਾਰੀ ਖਾਲਸ ਇਹ ਸੱਜਣ ਆਪਣੇ ਸਾਧਨ ਵਿੱਚ ਅਟਕਿਆ ਖਲਾ ਸੀ ਇਸ ਨੂੰ ਮਨ ਦੇ ਮਾਨ ਹਰਨ ਦੀ ਜਾਇ ਦਸੀ ਤੇ ਜੀਦਾਨ ਕਰਕੇ ਇਸ ਦਾ ਪਾਰ ਉਤਾਰਾ ਕੀਤਾ ਇਸ ਪਰਥਾਏ ਜੋ ਉਪਦੇਸ਼ ਹੋਇਆ ਉਹ ਇਸ ਸ਼ਬਦ ਵਿੱਚ ਅੰਕਤ ਹੈ ਰਾਗ ਗੌੜੀ ਮਹੱਲਾ ਨੂੰ ਸਾਧੋ ਮਨ ਕਾ ਮਾਨ ਤੇ ਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਪਾਗੋ ਰਹਾਓ ਸੁਖ ਦੁਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨ ਹਰਕ ਸੋਗ ਤੇ ਰਹਿ ਅਤੀਤਾ ਤਿੰਜਗ ਤਤ ਪਛਾਨਾ ਉਸਤ ਤਨਿੰੰਦਾ ਦੋ ਤਿਆਗੈ ਖੋਜੈ ਪਦ ਨਿਰਬਾਨ ਜਨ ਨਾਨਕ ਏ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਇਥੋਂ ਟੁਰ ਕੇ ਫੇਰ ਬਹਿਰ ਜਾ ਖਾਇ ਇਹ ਥਾਂ ਸਰਸਵਤੀ ਦੇ ਕਿਨਾਰੇ ਹੈ ਇਥੇ ਮੱਲਾ ਨਾਮ ਦਾ ਤਿਰਖਾਨ ਸਿੱਖ ਰਹਿੰਦਾ ਸੀ ਇਸ ਨੇ ਘਰ ਵਿੱਚ ਗੁਰੂ ਜੀ ਦਾ ਤਖਤ ਬਣਾਇਆ ਹੋਇਆ ਸੀ ਇਸ ਉੱਤੇ ਬੈਠੇ ਗੁਰੂ ਜੀ ਦਾ ਧਿਆਨ ਧਰਦਾ ਪ੍ਰੇਮ ਮਗਨ ਹੁੰਦਾ ਸੀ ਤੇ ਅਰਦਾਸ ਕਰਦਾ ਹੁੰਦਾ ਸੀ ਕਿ ਗੁਰੂ ਜੀ ਇੱਥੇ ਆ ਕੇ ਕਦੇ ਪਰਤਖ ਦਰਸ਼ਨ ਵੀ ਦੇਣ ਸੋ ਗੁਰੂ ਜੀ ਜਦ ਇੱਥੇ ਆਏ ਤਾਂ ਸਿੱਧਾ ਉਸ ਦੇ ਇਸ ਤਖਤ ਪਰ ਜਾ ਬੈਠੇ ਉਸ ਨੂੰ ਨਾਮਦਾਨ ਹੋਇਆ ਆ ਗਿਆ ਹੋਈ ਤੁਸੀਂ ਵੀ ਦਿਨ ਰਾਤ ਵਾਹਿਗੁਰੂ ਚਿਤ ਕਰਨਾ ਜੋ ਗ੍ਰਸਥ ਵਿਖੇ ਨਿਰਵਾਣ ਹਨ ਸੋਈ ਸਿਜੇ ਹਨ ਸਾਖੀ ਪੋਥੀ ਸਿੱਖਨੇ ਕਿਹਾ ਮਹਾਰਾਜ ਫਿਰ ਵੀ ਦੀਦਾਰ ਹੋਣਗੇ ਬਚਨ ਹੋਇਆ ਇੱਕ ਵੇਰੀ ਫੇਰਾਵਾਂਗੇ ਕੈਥਲ ਬਾਰਨੇ ਥਨੇਸ ਇਥੋਂ ਟੁਰ ਕੇ ਕੈਥਲ ਆਏ ਭੰਡਾਰ ਤੀਰਤ ਤੇ ਡੇਰਾ ਕੀਤਾ ਇਥੇ ਇੱਕ ਪ੍ਰੇਮੀ ਤਖਾਨ ਸਿੱਖ ਨੇ ਆ ਕੇ ਬੇਨਤੀ ਕੀਤੀ ਪਾਦਸ਼ਾ ਜਿੱਥੇ ਆਪ ਉਤਰੇ ਹੋ ਰਾਤ tàੜੇ ਪੈਣ ਦਾ ਡਰ ਹੈ ਸ਼ਹਿਰ ਅੰਦਰ ਮੇਰੇ ਘਰ ਚੱਲੋ ਤੇ ਉਥੇ ਡੇਰਾ ਕਰੋ ਗੁਰੂ ਜੀ ਨੇ ਕਿਹਾ ਫਿਕਰ ਨਾ ਕਰ ਵਾਹਿਗੁਰੂ ਰਾਖਾ ਹੈ ਫਿਰ ਇਸ ਸਿੱਖ ਨੇ ਆਪਣੇ ਘਰ ਪ੍ਰਸ਼ਾਦ ਲਈ ਬੇਨਤੀ ਕੀਤੀ ਆਪ ਸੰਗਤ ਤੇ ਪਰਿਵਾਰ ਸਮੇਂ ਜਾ ਕੇ ਪ੍ਰਸ਼ਾਦ ਛਕਿਆ ਤੇ ਸਿੱਖ ਨੂੰ ਨਾਮ ਉਪਦੇਸ਼ ਦੇ ਕੇ ਨਿਹਾਲ ਕੀਤਾ ਤੇ ਆਖਿਆ ਇਥੇ ਸਿੱਖੀ ਤੇ ਸਿੱਖ ਹੋਣਗੇ ਕੈਥਲ ਦੋ ਗੁਰਦੁਆਰੇ ਹਨ ਇੱਕ ਬਾਹਰ ਟਿਕਾਣੇ ਵਾਲੇ ਥਾਂ ਇਥੇ ਨਿੰਮ ਦੇ ਪੀੜ ਹਨ ਜਿਹਦੇ ਪੱਤੇ ਖਾ ਕੇ ਲੋਕੀ ਤਾਪ ਤੋਂ ਬਚਦੇ ਹਨ ਦੂਸਰਾ ਨਗਰੀ ਦੇ ਵਿੱਚ ਹੈ ਜੋ ਇਸ ਸਿੱਖ ਦੇ ਘਰ ਵਾਲੇ ਥਾਂ ਤੇ ਹੈ ਸੂਰਜ ਪ੍ਰਕਾਸ਼ ਕੈਥਲ ਰਾਜਾ ਉਦੈ ਸਿੰਘ ਦੀ ਨਗਰੀ ਹੈ ਜਿਸ ਨੇ ਭਾਈ ਸੰਤੋਖ ਸਿੰਘ ਜੀ ਤੋਂ ਸੂਰਜ ਪ੍ਰਕਾਸ਼ ਲਿਖਵਾਇਆ ਇਸ ਤੋਂ ਅੱਗੇ ਆਪ ਉੱਤਰ ਪੂਰਬ ਰੁਖਮ ਸਫਰ ਕਰਦੇ ਬਾਰਨੇ ਜਾਂ ਠਹਿਰੇ ਇੱਕ ਸਿੱਖ ਨੇ ਆਪਣੇ ਘਰ ਉਤਾਰਾ ਦਿੱਤਾ ਤੇ ਬਹੁਤ ਸੇਵਾ ਭਾਵ ਕੀਤਾ ਉਸ ਦਿਨ ਉਸ ਦੇ ਖੇਤ ਵੀ ਕੱਚ ਹੋਣੀ ਸੀ ਤੇ ਕਣ ਲਗਣਾ ਸੀ ਗੁਰੂ ਪ੍ਰੇਮ ਤੇ ਆਗਿਆ ਵਿੱਚ ਉਹ ਕੱਚ ਕਰਾਉਣ ਨਾ ਗਿਆ اگلے دن پتا لگا کہ کاچھ اس دی کچھ غلط کر گیا ہے سوا سو بیگے دی تھا او پچی بیگے کچھ گیا ہے تا سکھ نے کاچھ کیا میرا کھیت تا سوا سو بیگا ہے کسی لیکھک نے دو سو بیگے بھی لکھا ہے چاہو کٹ کچھ کے میرا پلا کیتا ہے پر سچ اے ہے جو میں دسیا ہے کاچھو نے کیا کہا آپ کل کچھ وانون کیوں نہیں آیا ਜੇ ਮੈਂ ਕਛ ਬਦਲਾ ਲੈਂਦਾ ਤਾਂ ਸਿੱਖਣੇ ਕਿਆ ਭਲਾ ਹੋਵੀ ਮੇਰਾ ਗੁਰੂ ਪੂਰਾ ਹੈ ਜੋ ਮੇਰੇ ਘਰ ਆਇਆ ਹੈ ਉਸ ਦੀ ਸੇਵਾ ਵਿੱਚ ਹਾਜ਼ਰ ਰਹਿਣ ਕਰਕੇ ਮੈਂ ਕਲ ਨਹੀਂ ਆਇਆ ਸੋ ਤੇਰੀ ਕੀ ਮਜਾਲ ਸੀ ਕਿ ਬਦਲਾਉਂਦੋ ਪਰ ਜੇ ਗੁਰੂ ਭਾਣੇ ਵਿੱਚ ਲਾ ਦੇਂਦੇ ਤਾਂ ਰੁਪਏ ਗੁਰੂ ਚਰਨਾਂ ਤੋਂ ਸਸਤੇ ਹਨ ਜਿਨ੍ਹਾਂ ਨੇ ਸਾਡੇ ਜੀ ਦਾ ਉਧਾਰ ਕੀਤਾ ਗਾਚੂ ਬਿਸਮਾਦ ਹੋ ਗਿਆ ਕਿ ਐਸਾ ਗੁਰੂ ਕੌਣ ਹੈ ਜਿਸ ਦਾ ਸਿੱਖ ਐਸਾ ਸਤਿਵਾਦੀ ਹੈ ਕਿ ਲੋਭ ਵਿੱਚ ਨਹੀਂ ਆਇਆ ਤੇ ਸੱਚ ਬੋਲਦਾ ਹੈ ਆਖਣ ਲੱਗਾ ਮੈਨੂੰ ਵੀ ਲੈ ਚਲ ਤਾਂ ਗਾਚੂ ਉਸ ਸਿੱਖ ਦੇ ਨਾਲ ਗੁਰੂ ਕੀ ਸ਼ਰਨ ਆਇਆ ਤੇ ਨਾਮ ਲੈ ਕੇ ਸਤਿਵਾਦੀ ਤੇ ਪੂਰਾ ਕੱਛਣ ਵਾਲਾ ਬਣ ਗਿਆ ਜਿਸ ਦੀ ਜ਼ਮੀਨ ਕੱਚੀ ਗਈ ਸੀ ਉਹ ਬਹੁਤ ਚੰਗਾ ਸਿੱਖ ਹੋਇਆ ਕਈ ਇਹੋ ਲਿਖਦੇ ਹਨ ਕਿ ਜ਼ਮੀਨ ਗਾਚ ਨੇ ਕਈ ਵੇਰ ਮਣੀ ਤੇ ਉਹ ਕਛਣੇ ਵਿੱਚ ਘਾਟੀ ਕੱਛੀ ਗਈ ਇਸ ਗੱਲ ਨੂੰ ਗੁਰੂ ਕੀ ਕਰਾਮਾਤ ਸਮਝ ਕੇ ਕਾਚੂ ਸ਼ਰਣਾਇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਗੁਰੂ ਜੀ ਨੇ ਇਸ ਸਿੱਖ ਤੋਂ ਜਿਸ ਦੀ ਜ਼ਮੀਨ ਕਛ ਵਿੱਚ ਘਟ ਆਈ ਸੀ ਤਮਾਕੂ ਪੀਣਾ ਛਡਾਇਆ ਸੀ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਇਸ ਦੀ ਬੰਸ ਨੇ ਛੱਡੀ ਰੱਖਿਆ ਸਾਡੇ ਦੇਖਦੇ ਇਸ ਦੀ ਔਲਾਦ ਨੇ ਫਿਰ ਪੀਤਾ ਉਸ ਦਿਨ ਤੋਂ ਕੰਗਾਲ ਹੋ ਗਏ ਜਿਸ ਨੇ ਹੁਕਮ ਉਲੰਘਣਾ ਕੀਤੀ ਸੀ ਕਵੀ ਜੀ ਦੱਸਦੇ ਹਨ ਕਿ ਅਸਾਂ ਉਸ ਤੋਂ ਮੁੜ ਛੁਡਵਾ ਕੇ ਅੰਮ੍ਰਿਤ ਛਕਾਇਆ ਸੀ ਇਥੋਂ ਟੁਰ ਕੇ ਥਾਨੇ ਸਰ ਆਏ ਇੱਥੇ ਨੌਵੇਂ ਪਾਤਸ਼ਾਹ ਦਾ ਗੁਰਦੁਆਰਾ ਹੈ ਸ਼ਹਿਰ ਦੇ ਉੱਤਰ ਪੱਛੋਂ ਰੁੱਖ ਡੇਰਾ ਕੀਤਾ ਗ੍ਰਹਿਣ ਦਾ ਮੇਲਾ ਆ ਗਿਆ ਗੁਰੂ ਜੀ ਦੇ ਡੇਰੇ ਸਾਧੂ ਸੰਤ ਸਾਈਂ ਤੇ ਖੋਜੀ ਆਏ ਰਹਿਣ ਸਾਰੇ ਵਰਤਲਾਪ ਕਰਕੇ ਪ੍ਰਸੰਨ ਹੋਏ ਇੱਥੇ ਗੁਰੂ ਨਾਨਕ ਦੇਵ ਜੀ ਗੁਰੂ ਅਮਰਦੇਵ ਜੀ ਤੇ 6ਵੇਂ ਗੁਰੂ ਹਰ ਗੋਬਿੰਦ ਜੀ ਦੇ ਅਸਥਾਨ ਸਨ ਗੁਰੂ ਜੀ ਨੇ ਸਭ ਥਾਵਾਂ ਦੀ ਯਾਤਰਾ ਕੀਤੀ ਗੁਰੂ ਜੀ ਪਹੋਏ ਗਏ ਵੀ ਸਹੀ ਹੁੰਦੇ ਹਨ ਦੋ ਗੁਰਦੁਆਰੇ ਹਨ ਇੱਕ ਤਾਂ ਟਹਿ ਗਿਆ ਹੈ ਤੇ ਟਹਿ ਰਿਹਾ ਹੈ ਸਿੱਖਾਂ ਦੀ ਅਣਗਹਿਲੀ ਦੂਸਰਾ ਅਜੇ ਹੈ ਬਣੀ ਬਦਰਪੁਰ ਕੜਾ ਮੰਡਪੁਰ ਹੁਣ ਆਪ ਬਣੀ ਬਦਰਪੁਰ ਆਏ ਲਾੜਲਾ ਦੇ ਨੇੜੇ ਦੋ ਪਿੰਡ ਸਨ ਬਣੀ ਨਾਮ ਦੇ ਦੋਹਾ ਦੇ ਵਿਚਾਲੇ ਗੁਰਦੁਆਰਾ ਨੋਵੇਂ ਪਾਤਸ਼ਾਹ ਦਾ ਹੈ ਤਨ ਦਾ ਬਦਰਾ ਜੋ ਗੁਰੂ ਜੀ ਨੇ ਪਹਿਚਾਂ ਨੂੰ ਧਰਮਸਾਲ ਤੇ ਖੂਹ ਵਾਸਤੇ ਦਿੱਤਾ ਤਦ ਤੋਂ ਨਾਮ ਬਣੀ ਬੱਦਰਪੁਰ ਹੋ ਗਿਆ ਇਹ ਗੱਲ ਸੂਰਜ ਪ੍ਰਕਾਸ਼ ਵਿੱਚ ਲਿਖੀ ਹੈ ਇੱਥੇ ਬਹੁਤ ਸੰਗਤ ਆ ਕੇ ਨਿਹਾਲ ਹੋਈ ਮਾਇਆ ਜਿੰਨੀ ਕੇ ਇਕੱਠੀ ਹੋਈ ਗੁਰੂ ਜੀ ਨੇ ਪਹਿਚਾਂ ਨੂੰ ਦੇਖ ਕੇ ਆਗਿਆ ਕੀਤੀ ਕਿ ਧਰਮਸਾਲ ਬਣਾਓ ਖੂਹ ਲਵਾਓ ਤੇ ਛਾਇਆ ਕਰਾ ਦਿਓ ਜੋ ਸਾਧ ਸੰਗਤ ਨੂੰ ਸੁਖ ਤੇ ਕਥਾ ਕੀਰਤਨ ਪ੍ਰਾਪਤ ਰਿਹਾ ਇਥੋਂ ਟੁਰ ਕੇ ਸੁਢੈਲ ਆਦੀ ਪਿੰਡ ਹੁੰਦੇ ਹੋਏ ਕੜਾ ਮਾਨਕਪੁਰ ਜਮਨਾ ਕਿਨਾਰੇ ਆਠ ਹੈਰੇ ਇਥੇ ਮਲੂਕ ਦਾਸ ਸਾਧੂ ਰਹਿੰਦਾ ਸੀ ਜੋ ਮਤ ਦਾ ਵਿਸ਼ਨਵ ਸੀ yog ਅਭਿਆਸੀ ਵੀ ਸੀ ਤੇ ਕੁਝ ਮੁੱਦਤ ਸ੍ਰੀ ਗੁਰੂ ਹਰ Rai ਜੀ ਦਾ ਸਤਸੰਗ ਵੀ ਕਰ ਚੁੱਕਾ ਹੋਇਆ ਸੀ ਉਸ ਦੇ ਜੀਵ ਵਿੱਚ ਗੁਰੂ ਘਰ ਤੇ ਬਹੁਤ ਸ਼ਰਧਾ ਸੀ ਤੇ ਸੇਵਕਾਂ ਨੂੰ ਗੁਰੂ ਯਸ਼ ਸੁਣਾਇਆ ਕਰਦਾ ਸੀ ਗੁਰੂ ਜੀ ਆਏ ਸੁਣ ਕੇ ਉਸ ਨੂੰ ਚਾਹੋ ਦਰਸ਼ਨ ਕਰਨੇ ਦਾ ਉਠਿਆ ਪਰ ਸੇਵਕਾਂ ਨੇ ਸੁਣੀ ਸੁਣਾਈ ਗੱਲ ਆ ਦਸੀ ਕਿ ਇਹ ਗੁਰੂ ਜੀ ਤਾਂ ਸ਼ਿਕਾਰ ਖੇਡਦੇ ਹਨ ਤਾਂ ਦੁਚਿਤਾਈ ਵਿੱਚ ਪੈ ਗਏ ਇਸੇ ਅਸਮੰਜਸ ਵਿੱਚ ਰੋਜ਼ ਵਾਂਗੂ ਠਾਕਰਾ ਨੂੰ ਭੋਗ ਲਵਾਉਣ ਲਈ ਥਾਲ ਲੱਗੇ ਤਰੇ ਠਾਕਰਾ ਅੱਗੇ ਰੱਖੇ ਭੋਜਨ ਦਾ ਥਾਲ ਚਾਇਆ ਤਾਂ ਥਾਲ ਵਿੱਚ ਮਾਸ ਨਜ਼ਰ ਪਿਆ ਸਾਰੇ ਵੈਸ਼ਨਵ ਆਚਾਰਜ ਰਹਿ ਗਏ ਮਲੂਕ ਦਾ ਜ਼ਰਾ ਹਾਸ ਬਿਲਾਸ ਦਾ ਬੰਦਾ ਸੀ ਆਖਣ ਲੱਗਾ ਠਾਕਰ ਕ੍ਰਿਸ਼ਨ ਵੀ ਖੱਤਰੀ ਤੇ ਗੁਰੂ ਜੀ ਵੀ ਖੱਤਰੀ ਜੇ ਖੱਤਰੀ ਖੱਤਰੀ ਕੋ ਹੋ ਗਏ ਤਾਂ ਸਾਡੇ ਸੇਵਕਾਂ ਦਾ ਭਰਮ ਭੇਦ ਰੱਖਣ ਦਾ ਕੀ ਗੁਣ ਚਲੋ ਦਰਸ਼ਨ ਕਰੀਏ ਮਾਲਕ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ ਇਉ ਹੱਸਦਾ ਮਲੂਕ ਦਾ ਸਾ ਚਰਨੀ ਪਿਆ ਤੇ ਇਹ ਸਲੋਕ ਪੜਿਓ ਸੁ ਮਲੂਕਾ ਪਾਪੀ ਪੇੜ ਕੋ ਭਗਤ ਨਾ ਜਾਣੀ ਤੋ ਹੈ بھگت لکھی تھی اور کو پرب تو دئی موہے گرو جی بولے سن ملو خر کے بگت نوہ بھگت لکھی تھی ابر کو کرپا دئی تو ملو داس نکاش ہوایا جیو دھا کر یہ ہے جو اج مل پیا ہے چرنوں لپٹ گیا پریم بےنتی کر کر کے اپنے ڈیری لے آیا بہت سیوا پھاؤ کیا ਉਸ ਦੇ ਸੇਵਕ ਸਾਧੂ ਸਭ ਚਰਨੀ ਪੈ ਕੇ ਸੁਖੀ ਹੋਏ ਇਹਨਾਂ ਸੇਵਕਾਂ ਦਾ ਜੀ ਕਰੇ ਕਿ ਗੁਰੂ ਜੀ ਇੱਥੇ ਹੀ ਟਿਕ ਜਾਣ ਪਰ ਮਲੂਕ ਦਾਸ ਨੇ ਦੱਸਿਆ ਕਿ ਪੂਰਬ ਵੱਲ ਹਰ ਥਾਂ ਗੁਰੂ ਕੇ ਸਿੱਖ ਢੀਕਾਂ ਮਾਰ ਰਹੇ ਹਨ ਕਈ ਨਵੇਂ ਲੱਗਣ ਵਾਲੇ ਹਨ ਕਈ ਪੁੱਗਣ ਵਾਲੇ ਹਨ ਸਬਦ ਦਾ ਉਧਾਰ ਕਰਨ ਆਪ ਜਾ ਰਹੇ ਹਨ ਉਪਕਾਰੀ ਘਟਾ ਨੂੰ ਜਿਸ ਦਸ਼ਾ جاری ਹੈ ਜਾਣੋ ਰੋਕਣਾ ਠੀਕ ਨਹੀਂ ਚਾਹੋ ਆਪਣਾ ਮਨ ਪ੍ਰੇਮਾਤੁਰ ਹੋਇਆ ਵਿਛੜਣਾ ਨਹੀਂ ਚਾਹੁੰਦਾ ਲਿਖਿਆ ਹੈ ਕਿ 5 ਦਿਨ ਗੁਰੂ ਜੀ ਉਸ ਪਾਸ ਰਹੇ ਮਲੂਕ ਦਾਸ ਅਤਿ ਪ੍ਰੇਮ ਦੀ ਸੇਵਾ ਕਰਦਾ ਰਿਹਾ ਟੁਰਨ ਵੇਲੇ ਉਸਨੇ ਸਤਗੁਰੂ ਜੀ ਤੋਂ ਗੁਰਬਾਣੀ ਦਾ ਇੱਕ ਗ੍ਰੰਥ ਮੰਗ ਕੇ ਪੜਨ ਤੇ ਪੂਜਣ ਵਾਸਤੇ ਲੈ ਲਿਆ ਜੋ ਹੁਣ ਤੱਕ ਉਥੇ ਸਨਮਾਨਿਤ ਦਸੀਦਾ ਹੈ ਇਥੋਂ ਹੋਣ ਅੱਗੇ ਨੂੰ ਕੂਚ ਹੋਇਆ ਗੁਰੂ ਰੂਪਿਆ ਦੀ ਸਾਥ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ